BMW ਕਾਰ ਅਤੇ ਟਰੱਕ ਦੇ ਵਿਚਾਲੇ ਆਮੋ ਸਾਹਮਣੇ ਭਿਆਨਕ ਟੱਕਰ ਹੋਈ ਹੈ, ਜਿਸ ਕਾਰਨ ਕਾਰ ਦੇ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ BMW ਦੇ ਪਰਖੱਚੇ ਉੱਡ ਗਏ। ਹਾਦਸੇ ਦੇ ਵਿੱਚ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟਰੱਕ ਦੇ ਅਗਲੇ ਦੋਨੋਂ ਟਾਇਰ ਖੁੱਲ ਗਏ ਤੇ ਆਮੋ ਸਾਹਮਣੇ ਦੀ ਇਸ ਭਿਆਨਕ ਟੱਕਰ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ BMW ਕਾਰ ਦੇ ਏਅਰ ਬੈਗ ਤੱਕ ਖੁੱਲ ਗਏ। ਕਾਰ ਦਾ ਸਟੀਅਰਿੰਗ ਵੀ ਉਖੜ ਕੇ ਪਿਛਲੀ ਸੀਟ ਤੇ ਆ ਕੇ ਡਿੱਗ ਗਿਆ। ਕਾਰ ਦੇ ਇੰਜਣ ਦਾ ਪੁਰਜਾ ਬਿਖਰ ਗਿਆ। ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੱਡੀ ਦੀ ਕਿੰਨੀ ਸਪੀਡ ਹੋਵੇਗੀ ਤੇ ਓਵਰ ਸਪੀਡ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਹ ਰੋਡ ਸਿੰਗਲ ਹੈ ਜਿੱਥੇ ਓਵਰਟੇਕ ਕਰਨ ਦੀ ਵੀ ਮਨਾਹੀ ਹੁੰਦੀ ਹੈ, ਪਰ ਇਸ ਰੋਡ ਤੇ ਲੋਕ ਗੱਡੀਆਂ ਨੂੰ ਫੁੱਲ ਸਪੀਡਾਂ ਤੇ ਚਲਾਉਂਦੇ ਨੇ ਅਤੇ ਅਜਿਹੇ ਹਾਦਸੇ ਵਾਪਰ ਜਾਂਦੇ ਨੇ। ਇਹ ਟੱਕਰ ਆਮੋ ਸਾਹਮਣੇ ਦੀ ਹੈ। ਹਾਦਸਾ ਪਟਿਆਲਾ ਦੇ ਪਿਹੋਵਾ ਰੋਡ ਤੇ ਪਿੰਡ ਅਕਬਰਪੁਰ ਦੇ ਕੋਲ ਵਾਪਰਿਆ।